ਬਿਸਮਿਲ੍ਲਾਹ ਰਹਿਮਾਨ ਰਹੀਮ ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ABNG TV ਦੀ ਤਰਫੋਂ ਅਤੇ ਨਾਜ਼ਰੀਨ ਅੱਜ ਈਦ ਦਾ ਤੀਸਰਾ ਰੋਜ਼ ਹੈ ਜਿਨ੍ਹਾਂ ਦੀ ਹੋ ਗਈ ਹੈ ਉਹਨਾਂ ਨੂੰ ਮੁਬਾਰਕ ਅਤੇ ਜਿਹੜੇ ਪਾਕਿਸਤਾਨੀ ਨੇ ਜਨਾਬ ਉਹਨਾਂ ਨੂੰ ਅੱਲਾਹ ਤਾਲਾ ਐਸੀਆਂ ਹਜ਼ਾਰਾਂ ਈਦਾਂ ਵਿਕਣੀਆਂ ਨਸੀਬ ਕਰੇ ਔਰ ਸਿਹਤ ਔਰ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਅਦਾ ਕਰੇ ਅਤੇ ਨਾਜ਼ਰੀਨ ਅੱਜ ਇਹ ਸ਼ੋਅ ਉਹਨਾਂ ਅਜ਼ੀਮ ਪਾਕਿਸਤਾਨੀਆਂ ਦੇ ਨਾਂ ਉਹਨਾਂ ਅਜ਼ੀਮ ਮੋਸਨਾਂ ਦੇ ਨਾਂ ਜਿਹੜੇ ਸਾਡੇ ਨਾਲ ਖੜ੍ਹੇ ਨੇ ਨਜ਼ਰ ਤਾਂ ਨਹੀਂ ਆ ਰਹੇ ਲੇਕਿਨ ਅਲਹਮਦੁਲਿਲਾ ਉਹਨਾਂ ਵਾਸਤੇ ਅੱਲਾ ਦੀ ਰਹਿਮਤ ਜਿਹੜੀ ਹੈ ਉਹ ਜੋਸ਼ 'ਚ ਉਹਨਾਂ ਵਾਸਤੇ ਲੋਕਾਂ ਦੀਆਂ ਦੁਆਵਾਂ ਨੇ ਉਹਨਾਂ ਵਾਸਤੇ ਅਲਹਮਦੁਲਿਲਾ ਹਮੇਸ਼ਾ ਉਹਨਾਂ ਘਰਾਂ 'ਚੋਂ ਦੁਆਵਾਂ ਦੀਆਂ ਸਦਾਵਾਂ ਉੱਠਦੀਆਂ ਰਹਿਣਗੀਆਂ ਜਿਹਨਾਂ ਘਰਾਂ ਦੇ ਦੀਵੇ ਬਾਲੇ ਗਏ ਨੇ ਔਰ ਅਲਹਮਦੁਲਿਲਾ ਇਹ ਸਿਲਸਿਲਾ ਜਿਹੜਾ ਇਹ ਜਾਰੀ ਉਹ ਸਾਰੀ ਰਹੇਗਾ ਨਾਲੇ ਲੇਕਿਨ ਬਹੁਤ ਸਾਰੇ ਲੋਕ ਸਾਨੂੰ ਅਲਹਮਦੁਲਿਲਾ ਤਾਵਨ ਕਰ ਰਹੇ ਨੇ ਸਾਡੇ ਨਾਲ ਲੇਕਿਨ ਬਹੁਤ ਸਾਰੇ ਲੋਕ ਸਾਨੂੰ ਕਾਲ ਕਰਦੇ ਨੇ ਜੀ ਸਾਨੂੰ ਨੰਬਰ ਚਾਹੀਦਾ ਲੇਕਿਨ ਮੈਨੂੰ ਇੰਤਹਾਈ ਅਫਸੋਸ ਨਾਲ ਕਹਿਣਾ ਪੈਂਦਾ ਕਿ ਮੈਨੂੰ ਇਹਦੇ ਵਾਸਤੇ ਇੱਕ ਵੀਡੀਓ ਬਣਾਉਣੀ ਪਏਗੀ ਔਰ ਉਹ ਵੀਡੀਓ ਜਿਹੜੀ ਹੈ ਮੈਂ ਜਲਦ ਇੱਕ ਦੋ ਦਿਨ ਦੇ ਵਿੱਚ ਬਣਾ ਕੇ ਤੁਹਾਡੇ ਤੱਕ ਪਹੁੰਚਾ ਦੇਵਾਂਗਾ ਜਿਹਦੇ ਵਿੱਚ ਮੇਰੇ ਨਾਲ ਹੋਏਗੀ ਆਲੀਆ ਚੌਧਰੀ ਔਰ ਸਾਦੀਆ ਸ਼ੇਖ ਆਲੀਆ ਦਾ ਆਲਰੇਡੀ ਨੰਬਰ ਜਿਹੜਾ ਉਹ ਲੋਕਾਂ ਕੋਲ ਹੈ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਉਹਨੂੰ ਕਾਲਾਂ ਕੀਤੀਆਂ ਵੀ ਔਰ ਮੁਸਲਸਲ ਕਰਦੇ ਰਹੇ ਔਰ ਹਜ਼ਾਰਾਂ ਹਾ ਕਾਲਾਂ ਜਿਹੜੀਆਂ ਨੇ ਉਹ ਆਈਆਂ ਹੈਲਪ ਦੇ ਨਾਮ 'ਤੇ ਔਰ ਉਹਦੀ ਕਿੰਨੀ ਕੁ ਹੈਲਪ ਹੋਈ ਉਹ ਤੁਸੀਂ ਮੇਰੀ ਵੀਡੀਓ 'ਚ ਦੇਖਿਆ ਉਹ ਤੁਹਾਨੂੰ ਵੀ ਪਤਾ ਚੱਲ ਗਿਆ ਹੋਏਗਾ ਕਿ ਉਹਦੀ ਕਿੰਨੀ ਕੁ ਹੈਲਪ ਕੀਤੀ ਉਸ ਤੋਂ ਬਾਅਦ ਸਾਦੀਆ ਸ਼ੇਖ ਉਹਦਾ ਨੰਬਰ ਜਿਹੜਾ ਉਹ ਬਹੁਤ ਜ਼ਿਆਦਾ ਲੋਕਾਂ ਨੇ ਜਿਸ ਤਰ੍ਹਾਂ ਵੀ ਸੋਰਸ ਆਈਆਂ ਜਿਸ ਤਰ੍ਹਾਂ ਵੀ ਮਤਲਬ ਉਹਦਾ ਨੰਬਰ ਵੀ ਹਾਸਲ ਕੀਤਾ ਲੇਕਿਨ ਅਫਸੋਸ ਨਾਲ ਕਹਿਣਾ ਇਹ ਪੈਂਦਾ ਕਿ ਨੰਬਰ ਲੈਣ ਤੋਂ ਬਾਅਦ ਉਹ ਕੀ ਗੱਲਾਂ ਕੀਤੀਆਂ ਗਈਆਂ ਉਹਨਾਂ ਨਾਲ ਉਹ ਗੱਲਾਂ ਮੈਂ ਉਹਨਾਂ ਕੋਲੋਂ ਤੁਹਾਨੂੰ ਸੁਣਵਾਉਣੀਆਂ ਚਾਹਾਂਗਾ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਨੇ ਜੀ ਤੁਸੀਂ ਨੰਬਰ ਕਿਉਂ ਨਹੀਂ ਦਿੰਦੇ ਨੰਬਰ ਕਿਉਂ ਨਹੀਂ ਦਿੰਦੇ ਅਲਹਮਦੁਲਿਲਾ ਅਸੀਂ ਨੰਬਰ ਕਿਸੇ ਦਾ ਦਈਏ ਜਾਂ ਨਾ ਦਈਏ ਲੇਕਿਨ ਜਿਹਦੇ ਅਸੀਂ ਕੋਲ ਚਲੇ ਗਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਦੇ ਜਿਹੜੇ ਮਾਮਲਾਤ ਨੇ ਜਿਹੜੇ ਮਸਾਇਲ ਨੇ ਉਹਨਾਂ ਨੂੰ ਹੱਲ ਕੀਤਾ ਜਾਏ ਔਰ ਅਸੀਂ ਉਹਨਾਂ ਵਾਸਤੇ ਕੋਈ ਬਿਹਤਰੀਨ ਰੋਜ਼ਗਾਰ ਦਾ ਬੰਦੋਬਸਤ ਨਾਲ ਹੋ ਕੇ ਕਰਵਾ ਸਕੀਏ ਕਰਨਾ ਲਈ ਖੁਦਾ ਦੀ ਜ਼ਾਤ ਹੈ ਲੇਕਿਨ ਇਹ ਕਿ ਅਸੀਂ ਇਹ ਚਾਹ ਰਹੇ ਹਾਂ ਲੇਕਿਨ ਉਹ ਨੰਬਰ 'ਤੇ ਹਰ ਬੰਦਾ ਇਸਰਾਰ ਕਰਦਾ ਜੀ ਨੰਬਰ ਜਿਹੜਾ ਨੰਬਰ ਦੇ ਦਿਓ ਲੇਕਿਨ ਇਹ ਲੜਕੀਆਂ ਜਿਹੜੀਆਂ ਦੋ ਮੈਂ ਦੱਸ ਰਹੀਆਂ ਸਾਦੀਆ ਸ਼ੇਖ ਔਰ ਆਲੀਆ ਚੌਧਰੀ ਇਹਨਾਂ ਨਾਲ ਮੈਂ ਵੀਡੀਓ ਤੱਕ ਬਣਾਵਾਂਗਾ ਜੀ ਲੇਕਿਨ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਹੈ ਕਿ ਖੁਦਾਰਾ ਹੈਲਪ ਦੇ ਨਾਂ 'ਤੇ ਮਜ਼ਾਕ ਨਾ ਕਰੋ ਹੈਲਪ ਦੇ ਨਾਂ 'ਤੇ ਕਿਸੇ ਨਾਲ ਇੰਨਾ ਸੰਜੀਦਾ ਮਜ਼ਾਕ ਔਰ ਕਿਸੇ ਨਾਲ ਕਿਸੇ ਦਾ ਤਮਕਸਰ ਉਡਾਉਣਾ ਫਿਰ ਉਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਫਿਰ ਉਹਨੂੰ ਤਰ੍ਹਾਂ ਤਰ੍ਹਾਂ ਦੇ ਲੋਲੀਪੋਪ ਦੇਣੇ ਯਾਰ ਦੁਨੀਆਂ ਭਰੀ ਪਈ ਹੈ ਮੈਨੂੰ ਅਫਸੋਸ ਹੁੰਦਾ ਔਰ ਮੈਨੂੰ ਸ਼ਰਮ ਆ ਰਹੀ ਹੈ ਇਹ ਗੱਲਾਂ ਚੂੰਕਿ ਮੈਂ ਉਹਨਾਂ ਕੋਲੋਂ ਤੁਹਾਨੂੰ ਸੁਣਾਵਾਂਗਾ ਕਿ ਲੋਕ ਉਹਨਾਂ ਨੂੰ ਕੀ ਕਹਿੰਦੇ ਨੇ ਅਤੇ ਮੈਂ ਕਹਾਂਗਾ ਇਨਸ਼ਾਅੱਲਾ ਵਾ ਫਜ਼ਲੇ ਖੁਦਾ ਜਿਹੜੇ ਨੰਬਰ ਵਾਲੇ ਭਾਈ ਨੇ ਉਹ ਬੇਸ਼ੱਕ ਸਾਡੇ ਨਾਲ ਰਾਬਤਾ ਨਾ ਕਰਨ ਦੂਸਰਾ ਨੰਬਰ ਆਲਰੇਡੀ ਉਹਨਾਂ ਵਿਚਾਰੀਆਂ ਦੇ ਪਹਿਲਾਂ ਵੀ ਕੋਈ ਕਮ ਸੇ ਕਮ 50-50, 40-40 ਇੰਟਰਵਿਊ ਉਹਨਾਂ ਦੇ ਹੋ ਚੁੱਕੇ ਨੇ ਹਰ ਬੰਦਾ ਇੱਕ ਇੱਕ ਦਿਨ 'ਚ ਉਹਨਾਂ ਦੇ 10-10 ਇੰਟਰਵਿਊ ਕਰ ਗਿਆ ਹੈ ਲੇਕਿਨ ਸਾਡਾ ਮਕਸਦ ਕਿਸੇ ਦਾ ਇੰਟਰਵਿਊ ਕਰਨਾ ਨਹੀਂ ਸਾਡਾ ਮਕਸਦ ਹੈ ਇੱਕ ਨਵਾਂ ਇਤਿਹਾਸ ਲਿਖਣਾ ਚਾਹੁੰਦੇ ਹਾਂ ਅਸੀਂ ਅਲਹਮਦੁਲਿਲਾ ਔਰ ਅਸੀਂ ਲਿਖ ਕੇ ਰਵਾਂਗੇ ਬਸ਼ਰਤੇ ਜ਼ਿੰਦਗੀ ਅੱਲਾ ਪਾਕ ਜ਼ਿੰਦਗੀ ਰੱਖੇ ਔਰ ਜਿਹੜੇ ਲੋਕ ਸਾਡੇ ਨਾਲ ਟੱਚ ਨੇ ਜਿਹੜੇ ਸਾਡੀ ਮਾਲੀ ਹੈਲਪ ਨਹੀਂ ਕਰ ਸਕਦੇ ਉਹ ਕਮ ਸੇ ਕਮ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਉਹਨੂੰ ਫਾਰਵਰਡ ਕਰਕੇ ਉਹਦੇ ਕਮੈਂਟਸ ਕਰਕੇ ਲਾਈਕਸ ਕਰਕੇ ਅਤੇ ਉਹਨੂੰ ਅੱਗੇ ਪਹੁੰਚਾ ਸਕਦੇ ਅਤੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਯਾਰ ਅੱਜ ਈਦ ਦਾ ਤੀਸਰਾ ਦਿਨ ਹੈ ਲੇਕਿਨ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਲੇਕਿਨ ਪਹਿਲੇ ਮੈਂ 2 ਦਫ਼ਾ ਇਹਦੇ 'ਤੇ ਵੀਡੀਓ ਬਣਾ ਕੇ ਔਰ ਮੈਂ ਉਹ ਅਪਲੋਡ ਨਹੀਂ ਕੀਤੀ ਅਤੇ ਉਹ ਮੈਂ ਸਿਰਫ ਇਹ ਚਾਹੁੰਦਾ ਸੀ ਯਾਰ ਕਿਸੇ ਦੀ ਅਸੀਂ ਸਾਡਾ ਇਹ ਮਕਸਦ ਨਹੀਂ ਲੇਕਿਨ ਇਹ ਵੀ ਕਿ ਮੈਂ ਰਿਕੁਐਸਟ ਕਰਨੀ ਚਾਹੁੰਦਾ ਅਸੀਂ ਕਿਸੇ ਦਾ ਨਾਂ ਨਹੀਂ ਲੈ ਰਹੇ ਲੇਕਿਨ ਮੈਂ ਰਿਕੁਐਸਟ ਕਰਨੀ ਚਾਹੁੰਦਾ ਕਿ ਯਾਰ ਤੁਹਾਡੀ ਮਿਹਰਬਾਨੀ ਚੰਗੇ ਬੁਰੇ ਵਕਤ ਸਾਰੇ ਖੁਦਾ ਦੇ ਹੱਥ ਨੇ
कोई भी किसी जगह से भी हो सकता है, जिथे आ जो खड़िया ने उन्होंने जगह से मैं भी हो सकता सर, कोई होर भी हो सकता है, लेकिन एहसास करना चाहिए इंसान का पैगाम है मोहब्बत का पैगाम देना और मोहब्बत का पैकर बनना। लिहाजा सानू चाहिए कि असी मोहब्बत का पैगाम दईए, इंसानियत का जिहड़ा आलम है उन्होंने दुनिया चो दा प्रचार करिए और असी इन बुलंद रखिए। और इंशाल्लाह फजले खुदा पाकिस्तान की सरजमीन पहला भी इंसानियत के परचम नाल पूरी दुनिया के सब तो अगे वे, और इंशाल्लाह ये अजीम पाकिस्तानी सब तो अगे रहेंगे और इंशाल्लाह ये कारवां इस तरह ही चलता रहेगा। लेकिन सिर्फ और सिर्फ मेरी उन्होंने लोगों के हाथ जोड़ के इल्तजा है खुदा दा वास्ता, कम से कम इस तरह की कंडीशन च किसी ना इस तरह की गल ना करो कि उहदे वास्ते दिलजारी दा पाइस हो। बस मैंने कहना चाहना इंशाल्लाह अज चूंकि ईद का तीसरा दिन है, अज कुरबानी है मेरे घर और इंशाल्लाह फजले खुदा और अज का दिन जिहड़ा मैं वह उत्थे झुग्गियां च ही गुजारांगा क्योंकि अज मैं उन्होंने गोश्त देन जा रहे हैं, अज उन्होंने मैं अपने रिश्तेदारी की बुनियाद रखने जा रहे हैं जिन्हों कोई भी गोश्त देन नहीं जाता। लिहाजा इंशाल्लाह अज तो बाद फिर कल या परसों फिर मैं अपने सफर से गामजन हो जाऊँगा इंशाल्लाह। कुछ ऐसे वीडियो कुछ ऐसे ही लोग जिन्हों इंशाल्लाह साडा इंतजार है मैं उन्होंने को पहुंचागा और इंशाल्लाह हर तरह जो मुमकिन हो सके मुमकिनात असी करांगे। बस ये ही मैं थोड़े को इजाजत चाहवागा फिर थोड़ी खिदमत च हाजिर होगा एक ऐसा ही वीडियो लैके। लेकिन जिन्हें दोस्तों ने अभी तक साडा चैनल सबसक्राइब नहीं किया साडा चैनल सबसक्राइब कर लो और इस वीडियो नू शेयर करके इस वीडियो नू फॉरवर्ड करके तुसी भी साडे कारवां शामिल हो जाओ। ये सदका जा रही है इंशाल्लाह। इहदे नाल ही मैं इजाजत चाहवागा। पाकिस्तान जिंदाबाद। असलाम वालेकुम सज्जनों बेलियो तो मित्रों जोंदे ते वसदे रहो जनाब। तुसी वेख रहे हो अपना पंजाबी चैनल ए बी एच डी टीवी ते सत बिस्मिल्ला जी आया नू। ते जनाब अगर साडा चैनल पसंद आए ते इनू सबसक्राइब करो लाइक करो शेयर करो ते जनाब सानू फॉलो करो ए बी एच डी टीवी फेसबुक ए बी एच डी टीवी ट्विटर ए बी एच डी टीवी इंस्टाग्राम।